ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਾ ਸੇਵਕ ਜਨ ਮਨ, ਪਰਤਖ ਗੁਰੂ ਨਿਸਤਾਰੇ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੋਖ ਦੁਆਰ। ਮੁਖ ਚਰਾਇ ਸ਼ਾਤਰ ਖੱਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਸੁਕਹੁ ਟਲ ਗੁਰ ਸੇਵੀਐ, ਅਹਿੰਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਾਰਗ ਮਹੱਲਾ ਪੰਜਵਾਂ। ਮਾਨ ਤਾਨ ਰਾਮ ਕੋ ਵਿਵਹਾਰ, ਪ੍ਰੇਮ ਭਗਤ ਗੁਣ ਗਾਵਤ ਗਿੱਧੇ, ਪੋਹਤ ਨਹਿ ਸੰਸਾਰ। ਮਾਨ ਤਾਨ ਰਾਮ ਕੋ ਵਿਵਹਾਰ, ਪ੍ਰੇਮ ਭਗਤ ਗੁਣ ਗਾਵਤ ਗਿੱਧੇ, ਪੋਹਤ ਨਹਿ ਸੰਸਾਰ। ਰਹਾਉ ਸ਼੍ਰਾਵਣੀ ਕੀਰਤਨ ਸਿਮਰਨ ਸੁਆਮੀ, ਇਹੋ ਸਾਧ ਕੋ ਆਚਾਰ। ਚਰਨ ਕਮਲ ਅਸਥਿਤ ਹਿਰਦਯੰਤਰ, ਪੂਜਾ ਪ੍ਰਾਨ ਕੋ ਆਧਾਰ। ਪ੍ਰਭ ਦੀਨ ਦਇਆਲ ਸੁਨੋ ਬੇਨੰਤੀ, ਆਪਣੀ ਕਿਰਪਾ ਧਾਰ। ਨਾਮ ਨਿਧਾਨ ਉਚਰਾਉ ਨਿਤ ਰਸਨਾ, ਨਾਨਕ ਸਦ ਬਲਿਹਾਰ। ਪ੍ਰਭ ਦੀਨ ਦਇਆਲ ਸੁਨੋ ਬੇਨੰਤੀ, ਕਿਰਪਾ ਆਪਣੀ ਧਾਰ। ਨਾਮ ਨਿਧਾਨ ਉਚਰਾਉ ਨਿਤ ਰਸਨਾ, ਨਾਨਕ ਸਦ ਬਲਿਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ, ਜੁਗੋ ਜੁਗ ਅਟਲ, ਲੋਕ ਪਰਲੋਕੇ ਸੁਖਦਾਤੇ, ਤਖ਼ਤ ਚਵਰ ਦੇ ਮਾਲਕ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਾਵਨ ਦਰ 'ਤੇ ਜੁੜ ਮਿਲ ਬੈਠੇ ਸਤਸੰਗੀ ਜਨੋ, ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਰਹਿਮਤ ਹੋ ਰਹੀ ਹੈ। ਆਪ ਸਾਰੇ ਹੀ ਅੱਜ ਦੇ ਵਿਸ਼ੇਸ਼ ਐਤਵਾਰ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਬਖਸ਼ਾਂ ਪ੍ਰਾਪਤ ਕਰ ਰਹੇ ਹੋ। ਸਤਿਗੁਰਾਂ ਦੀ ਕਿਰਪਾ ਬਖਸ਼ੇ ਤੋਂ ਬਿਨਾਂ
ਸਤਿਗੁਰੂ ਜੀ ਦੇ ਪਾਵਨ ਦਰ 'ਤੇ ਹਾਜ਼ਰੀਆਂ ਨਹੀਂ ਭਰੀਆਂ ਜਾ ਸਕਦੀਆਂ, ਔਰ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਕਿਰਪਾ ਬਖਸ਼ਿਸ਼ ਵਰਤਾਉਂਦੇ ਨੇ, ਗੁਰਸਿੱਖ ਸੰਗਤਾਂ ਗੁਰੂ ਦਰ 'ਤੇ ਆਉਂਦੀਆਂ ਨੇ, ਸਾਹਿਬ ਕਹਿੰਦੇ ਉਹਨਾਂ ਦੇ ਵੱਡੇ ਭਾਗ ਨੇ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜ੍ਹਤੇ ਆ। ਆਪਾਂ ਸਾਰੇ ਹੀ ਭਾਗਾਂ ਵਾਲੇ ਹਾਂ, ਗੁਰੂ ਦਰ 'ਤੇ ਜੁੜੇ ਹਾਂ। ਆਪ ਜੀ ਨੇ ਅੰਮ੍ਰਿਤ ਬਾਣੀ ਦੇ ਕੀਰਤਨ ਗੁਰੂ ਕੇ ਰਾਗੀ ਸਿੰਘਾਂ ਪਾਸੋਂ ਪਿਆਰ ਅਤੇ ਸ਼ਰਧਾ ਸਾਹਿਤ ਸਰਵਣ ਕੀਤੇ ਨੇ। ਗੁਰੂ ਮਹਿਮਾ ਗੁਰੂ ਵਡਿਆਈ ਦੇ ਪਾਵਨ ਸ਼ਬਦ ਗੁਰੂ ਕੇ ਕੀਰਤਨੀਆਂ ਨੇ ਬੜੇ ਰਸ ਵਿੱਚ ਸਰਵਣ ਕਰਵਾਏ ਨੇ। ਆਓ ਇਸ ਸਮੇਂ ਸਤਿਗੁਰਾਂ ਦੀ ਪਾਵਨ ਜੋ ਲੜੀਵਾਰ ਅੰਮ੍ਰਿਤ ਬਾਣੀ ਦੀ ਵਿਚਾਰ ਰੋਜ਼ਾਨਾ ਚੱਲਦੀ ਹੈ, ਉਸ ਪ੍ਰੋਗਰਾਮ ਦੇ ਮੁਤਾਬਕ ਅੱਜ ਦਾ ਪਾਵਨ ਜੋ ਅੰਮ੍ਰਿਤ ਬਾਣੀ ਦਾ ਸ਼ਬਦ ਹੈ, ਲੜੀਵਾਰ ਚੱਲ ਰਹੀ ਗੁਰਬਾਣੀ ਵਿਚਾਰ ਦੇ ਵਿੱਚੋਂ ਆਪ ਜੀ ਨੇ ਸ਼ਬਦ ਦਾ ਮੂਲ ਪਾਠ ਸਰਵਣ ਕੀਤਾ ਹੈ। ਬਾਣੀ ਦੇ ਬੋਹਿਤ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਇਹ ਸ਼ਬਦ ਹੈ ਸਾਰਗ ਰਾਗ ਦੇ ਅੰਦਰ। ਪਾਵਨ ਅੰਗ 1222 ਦੇ ਉੱਪਰ ਸ਼ਬਦ ਸੁਭਾਏਮਾਨ ਹੈ ਜੀ। ਪਿਛਲੇ ਸ਼ਬਦ ਦੀ ਵਿਚਾਰ ਆਪਾਂ ਦੀਵਾਨ ਵਿੱਚ ਕੀਤੀ ਸੀ, ਜਿਸ ਪਾਵਨ ਸ਼ਬਦ ਅੰਦਰ ਵੀ ਸਤਿਗੁਰਾਂ ਨੇ ਨਾਮ ਦੀ ਵਡਿਆਈ ਨਾਮ ਦੀ ਮਹਿਮਾ ਦਾ ਜ਼ਿਕਰ ਕੀਤਾ ਸੀ ਅਤੇ ਨਾਮ ਤੋਂ ਸੱਖਣਾ ਨਾਮ ਤੋਂ ਵਿਰਵਾ ਨਾਮ ਤੋਂ ਹੀਣਾ ਜਿਹੜਾ ਜੀਵ ਹੈ ਉਸਨੂੰ ਸਤਿਗੁਰਾਂ ਨੇ ਬੇਤਾਲ ਆਖਿਆ, ਹਰ ਕੇ ਨਾਮਹੀਨ ਬੇਤਾਲ। ਬੇਤਾਲ ਦਾ ਅਰਥ ਬੇਤਾਲਾ, ਜਿਸ ਦੇ ਅੰਦਰ ਕੋਈ ਸੁਰ ਨਹੀਂ, ਔਰ ਸਤਿਗੁਰਾਂ ਦੀ ਗੁਰਬਾਣੀ ਅੰਦਰ ਇਹ ਬੇਤਾਲ ਅਤੇ ਬੇਤਾਲ ਸ਼ਬਦ ਜੋ ਆਇਆ ਹੈ ਇਸ ਦਾ ਅਰਥ ਵਿਦਵਾਨਾਂ ਨੇ ਭੂਤ ਕੀਤਾ ਹੈ, ਜਿਸ ਦਾ ਕੋਈ ਟਿਕਾਣਾ ਨਹੀਂ ਹੁੰਦਾ। ਔਰ ਸਾਹਿਬ ਕਹਿੰਦੇ ਨੇ ਅਸਲ ਵਿੱਚ ਜਿਹੜਾ ਆਪਣੇ ਮੂਲ ਨਾਲੋਂ ਟੁੱਟਿਆ ਹੋਇਆ ਹੈ, ਆਪਣੇ ਕੇਂਦਰ ਧੁਰੇ ਨਾਲੋਂ ਟੁੱਟਿਆ ਹੋਇਆ ਹੈ ਸੋਮੇ ਦੇ ਨਾਲੋਂ, ਉਹ ਵੀ ਬੇਤਾਲਾ ਹੈ। ਜਿਸ ਤਰ੍ਹਾਂ ਸੰਗੀਤ ਦੀ ਦੁਨੀਆ ਅੰਦਰ ਜਦੋਂ ਆਪਾਂ ਦੇਖਦੇ ਹਾਂ ਸੁਰ ਤਾਲ ਦੇ ਵਿੱਚ ਗਾਇਨ ਕਰਨ ਵਾਲੇ ਸੰਗੀਤਕਾਰ ਗੁਰੂ ਕੇ ਕੀਰਤਨੀਏ ਜਾਂ ਹੋਰ ਵੱਖ ਵੱਖ ਭਾਰਤੀ ਸੰਗੀਤ ਦੇ ਅੰਦਰ ਜਾਂ ਹੋਰ ਦੁਨੀਆ ਦੇ ਸੰਗੀਤਕਾਰਾਂ ਨੂੰ ਦੇਖਦੇ ਹਾਂ, ਸੁਰ ਤਾਲ ਵਿੱਚ ਗਾਇਨ ਕਰਨ ਵਾਲਿਆਂ ਦਾ ਸਨਮਾਨ ਹੁੰਦਾ ਹੈ, ਲੋਕ ਸੁਣਦੇ ਨੇ, ਲੋਕ ਆਨੰਦਿਤ ਹੁੰਦੇ ਨੇ। ਜਦੋਂ ਕੋਈ ਬੇਤਾਲਾ ਗਾਵੇ ਬੇਸੁਰਾ ਗਾਵੇ ਉਸਨੂੰ ਹੀ ਬੇਤਾਲਾ ਅਤੇ ਬੇਸੁਰਾ ਆਖਿਆ ਜਾਂਦਾ ਹੈ, ਕੋਈ ਸੁਣਨ ਵਾਲਾ ਪਸੰਦ ਵੀ ਨਹੀਂ ਕਰਦਾ। ਸਾਹਿਬ ਕਹਿੰਦੇ ਜਿਹੜਾ ਨਾਮ ਤੋਂ ਹੀਣਾ ਜੀਵਨ ਹੈ, ਨਾਮ ਤੋਂ ਹੀਣਾ ਸੱਖਣਾ ਹੈ, ਉਹ ਹਿਰਦਾ ਵੀ ਬੇਤਾਲਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਕਲਯੁੱਗ ਦਾ ਇਹ ਭਿਆਨਕ ਸਮਾਂ ਹੈ। ਇਸ ਕਲਯੁੱਗ ਦੇ ਭਿਆਨਕ ਸਮੇਂ ਦੇ ਅੰਦਰ ਬਹੁਤੇ ਜੀਵਨ ਇਸ ਤਰ੍ਹਾਂ ਦੇ ਨੇ, ਜਨਮ ਤਾਂ ਉਹਨਾਂ ਨੂੰ ਮਿਲਦਾ ਹੈ, ਜਨਮ ਲੈ ਕੇ ਸੰਸਾਰ ਵਿੱਚ ਆਏ ਨੇ, ਔਰ ਜਨਮ ਤੋਂ ਬਾਅਦ ਸੰਸਾਰ ਦੀਆਂ ਅਧੂਰੀਆਂ ਬਾਸ਼ਨਾਂ ਲੈ ਕੇ ਸੰਸਾਰ ਤੋਂ ਚੱਲਦੇ ਨੇ, ਤੁਰੇ ਜਾ ਰਹੇ ਨੇ। ਕੱਲ੍ਹ ਵੀ ਆਪ ਜੀ ਨੂੰ ਪਾਵਨ ਪੰਕਤੀ ਸਰਵਣ ਕਰਵਾਈ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ। ਸਾਹਿਬ ਕਹਿੰਦੇ ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿੱਕਦਾਰ। ਸਾਹਿਬ ਕਹਿੰਦੇ ਕਲਯੁੱਗ ਦੇ ਇਸ ਭਿਆਨਕ ਸਮੇਂ ਦੇ ਅੰਦਰ ਅਸਲ ਵਿੱਚ ਜਿਹੜੇ ਅਸੀਂ ਮੰਨਦੇ ਹਾਂ ਕਿ ਮਨੁੱਖ ਜਨਮ ਲੈ ਰਹੇ ਨੇ, ਅਸਲ ਮਨੁੱਖ ਨਹੀਂ, ਜੇ ਪ੍ਰਭੂ ਦੇ ਨਾਮ ਤੋਂ ਟੁੱਟੇ ਨੇ ਉਹ ਮਾਨੋ ਭੂਤ ਪ੍ਰੇਤਾਂ ਦਾ ਜਨਮ ਹੈ, ਇਸ ਤੋਂ ਵੱਧ ਕੁਝ ਵੀ ਨਹੀਂ। ਆਓ ਅੱਜ ਦੇ ਸ਼ਬਦ ਅੰਦਰ ਵੀ ਸਤਿਗੁਰਾਂ ਨੇ
ਸਾਨੂੰ ਸੁਚੇਤ ਕਰਦਿਆਂ ਹੁਕਮ ਦ੍ਰਿੜ ਕਰਵਾਇਆ ਹੈ ਔਰ ਸੰਸਾਰ ਦੇ ਅੰਦਰ ਪ੍ਰਤਿਸ਼ਠਤ ਵਿਅਕਤੀਆਂ ਨੇ ਸਾਰੇ ਧਰਮਾਂ ਦੇ ਆਗੂਆਂ ਨੇ ਇੱਕ ਗੱਲ ਨੂੰ ਪ੍ਰਵਾਨ ਕੀਤਾ ਹੈ ਕਿ ਪ੍ਰਭੂ ਦਾ ਨਾਮ ਪਰਮੇਸ਼ਰ ਦੀ ਬੰਦਗੀ ਹੀ ਜੀਵਨ ਦਾ ਆਧਾਰ ਹੈ, ਇਸ ਤੋਂ ਬਿਨਾਂ ਮਨੁੱਖ ਦਾ ਛੁਟਕਾਰਾ ਨਹੀਂ ਔਰ ਹਰੀ ਦਾ ਨਾਮ ਇੰਨਾ ਸੁਖਦਾਈ ਹੈ। ਹਰ ਕੋ ਨਾਮ ਸਦਾ ਸੁਖਦਾਈ, ਜਾਕੋ ਸਿਮਰ ਅਜਾਮਲ ਉਧਰਿਓ ਗਨਕਾਹੂ ਗਤ ਪਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਅੱਜ ਦੇ ਪਾਵਨ ਅੰਦਰ ਜੋ ਕਿਰਪਾ ਵਰਤਾ ਰਹੇ ਨੇ, ਗੁਰਦੇਵ ਕਹਿੰਦੇ ਜਿਹੜੇ ਮਨੁੱਖ ਹਰੀ ਪਰਮੇਸ਼ਰ ਦੇ ਨਾਮ ਵਿੱਚ ਜੁੜੇ ਨੇ, ਰੱਤੇ ਨੇ, ਉਹਨਾਂ ਨੂੰ ਸੰਸਾਰ ਦੇ ਪਦਾਰਥਾਂ ਦਾ, ਸੰਸਾਰ ਦੀ ਮਾਇਆ ਦਾ ਕੋਈ ਅਸਰ ਨਹੀਂ ਪੈਂਦਾ, ਕਿਉਂਕਿ ਹਰ ਵੇਲੇ ਉਹਨਾਂ ਦੇ ਜੀਵਨ ਅੰਦਰ ਪ੍ਰਭੂ ਦੇ ਨਾਮ ਦੀ ਰੌਹ ਜਿਹੜੀ ਹੈ, ਸਿਮਰਨ ਦੀ ਬਖਸ਼ਿਸ਼ ਹੈ, ਉਹ ਚੱਲਦੀ ਰਹਿੰਦੀ ਹੈ ਔਰ ਉਹਨਾਂ ਦਾ ਦਿਲ ਜਿਹੜਾ ਹੈ, ਉਹਨਾਂ ਦਾ ਮਨ ਅਤੇ ਉਹਨਾਂ ਦਾ ਤਨ ਜਿਹੜਾ ਹੈ ਹਰੀ ਨਾਮ ਦੇ ਵਿੱਚ ਜੁੜਿਆ ਰਹਿੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਸ਼ਬਦ ਦੇ ਅੱਖਰੀ ਅਰਥ ਆਪਾਂ ਵਿਚਾਰੀਏ ਔਰ ਸਤਿਗੁਰੂ ਜੀ ਦੇ ਉਪਦੇਸ਼ ਨੂੰ ਦ੍ਰਿੜ ਕਰੀਏ। ਇੱਕ ਵਾਰ ਜਪੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰੰਗ ਮਹੱਲਾ ਪੰਜਵਾਂ। ਮਾਨ ਤਨ ਰਾਮ ਕੋ ਵਿਵਹਾਰ। ਜਿਹੜੇ ਪ੍ਰਭੂ ਦੇ ਪਿਆਰੇ ਨੇ, ਪ੍ਰਭੂ ਦੇ ਭਗਤ ਨੇ, ਪ੍ਰਭੂ ਦੇ ਸੇਵਕ ਨੇ, ਉਹ ਮਨ ਕਰਕੇ ਤਨ ਕਰਕੇ ਸਦਾ ਪ੍ਰਭੂ ਦੇ ਨਾਮ ਵਿੱਚ ਰੰਗੇ ਰਹਿੰਦੇ ਨੇ। ਉਹਨਾਂ ਦੇ ਜੀਵਨ ਦਾ ਆਧਾਰ ਜਿਹੜਾ ਹੈ, ਜੀਵਨ ਦਾ ਲਕਸ਼ ਹੈ, ਉਹ ਪ੍ਰਭੂ ਦਾ ਨਾਮ ਹੁੰਦਾ ਹੈ ਔਰ ਸਦਾ ਉਹ ਮਨ ਕਰਕੇ ਪ੍ਰਭੂ ਸਿਮਰਨ ਵਿੱਚ ਜੁੜੇ ਰਹਿੰਦੇ ਨੇ। ਇਹੀ ਕਾਰਨ ਹੈ ਸੰਗਤ ਜੀ, ਆਪਾਂ ਸਤਿਗੁਰਾਂ ਦੀ ਪਾਵਨ ਮਹਿਮਾ ਅਤੇ ਵਡਿਆਈ ਜਦੋਂ ਪੜ੍ਹਦੇ ਹਾਂ ਤਾਂ ਗੁਰੂ ਦੇ ਦਰ ਤੋਂ ਵਰਸਾਏ ਹੋਏ, ਗੁਰੂ ਦੇ ਦਰ ਤੋਂ ਬਖਸ਼ਿਸ਼ ਹੋਈਆਂ ਰੂਹਾਂ ਜਿਹੜੀਆਂ ਨੇ, ਉਹਨਾਂ ਦੇ ਜੀਵਨ ਦਾ ਆਧਾਰ ਹੀ ਪ੍ਰਭੂ ਦਾ ਨਾਮ ਬਣ ਜਾਂਦਾ ਹੈ। ਇਸੇ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸੰਤ ਰਹਿਤ ਸੁਣੋ ਮੇਰੇ ਭਾਈ, ਪੁਆ ਕੀ ਮਹਿਮਾ ਕਥਨ ਨ ਜਾਈ, ਵਰਤਨ ਜਾਕੇ ਕੇਵਲ ਨਾਮ, ਅੰਧ ਰੂਪ ਕੀਰਤਨ ਬਿਸਰਾਮ। ਉਹ ਪ੍ਰਭੂ ਦੇ ਨਾਮ ਨੂੰ ਜੀਵਨ ਦਾ ਆਧਾਰ ਬਣਾ ਲੈਂਦੇ ਨੇ। ਅੱਗੇ ਸਤਿਗੁਰੂ ਕਿਰਪਾ ਕਰਦੇ ਨੇ, ਪ੍ਰੇਮ ਭਗਤ ਗੁਣ ਗਾਵਤ ਗਿੱਧੇ, ਓਹਤ ਨਹਿ ਸੰਸਾਰ। ਹਜ਼ੂਰ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਸਾਹਿਬ ਕਹਿੰਦੇ ਨੇ ਉਹ ਪ੍ਰਭੂ ਦੇ ਪ੍ਰੇਮਾ ਭਗਤੀ ਦੇ ਵਿੱਚ ਹੀ ਰਿੱਝੇ, ਗਿੱਜਣਾ ਭਗਤੀ ਦੇ ਵਿੱਚ ਲੱਗੇ ਰਹਿੰਦੇ ਨੇ। ਉਹਨਾਂ ਦਾ ਜੀਵਨ ਦਾ ਆਧਾਰ ਪ੍ਰਭੂ ਭਗਤੀ, ਪ੍ਰਭੂ ਪਿਆਰ ਹੁੰਦਾ ਹੈ ਔਰ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਲੁਭਾਏ ਮਾਣ ਨਹੀਂ ਕਰਦੇ। ਸੰਸਾਰ ਦੇ ਪਦਾਰਥਾਂ ਦਾ ਉਹਨਾਂ 'ਤੇ ਕੋਈ ਅਸਰ ਨਹੀਂ ਹੁੰਦਾ। ਉਹ ਸੰਸਾਰ ਵਿੱਚ ਰਹਿੰਦਿਆਂ, ਪਰਿਵਾਰ ਵਿੱਚ ਰਹਿੰਦਿਆਂ ਸਦਾ ਸੰਸਾਰਕ ਪਦਾਰਥਾਂ ਤੋਂ ਨਿਰਲੇਪ ਰਹਿੰਦੇ ਨੇ ਔਰ ਉਹ ਮਾਲਕ ਦੇ ਪ੍ਰੇਮਾ ਭਗਤੀ ਦੇ ਵਿੱਚ, ਜਿਸ ਪ੍ਰੇਮਾ ਭਗਤੀ ਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਮੂਲ ਉਪਦੇਸ਼ ਦ੍ਰਿੜ ਕਰਵਾਏ ਨੇ, ਉਸ ਮਾਲਕ ਦੀ ਯਾਦ ਵਿੱਚ ਜੁੜੇ ਰਹਿੰਦੇ ਨੇ। ਕਿਵੇਂ ਜੁੜਦੇ ਨੇ? ਸਤਿਗੁਰੂ ਪਾਤਸ਼ਾਹ ਮਹਾਰਾਜ ਅੱਗੇ ਕਿਰਪਾ ਕਰਦੇ ਨੇ, ਰਹਾਉ ਬਿਸਰਾਮ ਦੇ ਕੇ, ਸਰਾਵਣੀ ਕੀਰਤਨ ਸਿਮਰਨ ਸੁਆਮੀ, ਇਹੋ ਸਾਧ ਕੋ ਆਚਾਰ। ਹਜ਼ੂਰ ਕਹਿੰਦੇ ਨੇ ਕੰਨਾਂ ਦੇ ਨਾਲ ਉਹ ਮਾਲਕ ਦੀ ਕੀਰਤੀ ਸੁਣਦੇ ਨੇ, ਮਾਲਕ ਦੀ ਵਡਿਆਈ ਸੁਣਦੇ ਨੇ ਔਰ ਪ੍ਰਭੂ ਦੀ ਵਡਿਆਈ ਨੂੰ ਕੰਨਾਂ ਨਾਲ ਸੁਣਨਾ, ਇਹ ਉਹਨਾਂ ਨੂੰ ਸਤਿਗੁਰੂ ਦੇ ਦਰ ਤੋਂ ਦਾਤ ਪ੍ਰਾਪਤ ਹੁੰਦੀ ਹੈ। ਇਸੇ ਲਈ ਸੰਗਤ ਜੀ,
ਵਾਰ ਵਾਰ ਦ੍ਰਿੜ ਕਰਵਾਇਆ ਜਾਂਦਾ ਹੈ ਕਿ ਸੰਗਤ ਕਰਨ ਦਾ ਕੀ ਲਾਭ ਹੈ, ਸੰਗਤ ਕਰਨ ਦੇ ਮਨੁੱਖ ਨੂੰ ਕੀ ਫਾਇਦੇ ਨੇ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜਦੋਂ ਉਪਦੇਸ਼ ਕਰਦੇ ਨੇ, ਇਹ ਸਰਵਣ ਹੋ ਮੇਰੇ ਹੋ ਸੱਚ ਹੈ ਸੁਣਨਾ ਨੂੰ ਪਠਾਏ, ਜਦੋਂ ਮਨੁੱਖ ਨੂੰ ਇਸ ਗੱਲ ਦੀ ਸਮਝ ਲੱਗਦੀ ਹੈ, ਸੂਝ ਪੈਂਦੀ ਹੈ, ਉਹ ਜੀਵਨ ਫਿਰ ਮਾਲਕ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ। ਸਾਹਿਬ ਜੀ ਕਿਰਪਾ ਕਰਦੇ ਨੇ, ਸ਼ਰਾਵਣੀ ਕੀਰਤਨ ਸਿਮਰ ਸੁਆਮੀ ਕੋ, ਸ਼ਰਾਵਣੀ ਕੀਰਤਨ ਸਿਮਰਨ ਸੁਆਮੀ ਇਹੋ ਸਾਧ ਕੋ ਆਚਾਰ। ਜਿਹੜਾ ਪ੍ਰਭੂ ਦਾ ਪਿਆਰਾ ਗੁਰਮੁਖ ਹੈ, ਉਹਦੇ ਜੀਵਨ ਦਾ ਇਹ ਕਰਨੀ ਬਣ ਜਾਂਦੀ ਹੈ, ਉਸ ਦਾ ਆਚਾਰ ਬਣ ਜਾਂਦਾ ਹੈ ਕਿ ਮਾਲਕ ਦੀ ਕੀਰਤੀ ਸੁਣਨੀ, ਪ੍ਰਭੂ ਦਾ ਸਿਮਰਨ ਕਰਨਾ। ਉਸ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ, ਸੰਗਤ ਜੀ ਚਰਨ ਕਮਲ ਆਸਥਿਤ ਦੇ ਅੰਤਰ ਪੂਜਾ ਪ੍ਰਾਨ ਕੋ ਆਧਾਰ। ਉਹ ਪ੍ਰਭੂ ਦੇ ਚਰਨ ਕਮਲਾਂ ਨੂੰ ਹਿਰਦੇ ਵਿੱਚ ਧਾਰਨ ਕਰਦਾ ਹੈ ਔਰ ਹਿਰਦੇ ਦੇ ਵਿੱਚ ਪ੍ਰਭੂ ਦੀ ਪੂਜਾ, ਪ੍ਰਭੂ ਯਾਦ ਵਿੱਚ ਜੁੜਨਾ, ਆਪਣੇ ਆਪ ਨੂੰ ਜੋੜ ਲੈਣਾ, ਹਜ਼ੂਰ ਕਹਿੰਦੇ ਉਸ ਦੇ ਪ੍ਰਾਣਾਂ ਦਾ ਆਧਾਰ ਆਸਰਾ ਬਣ ਜਾਂਦਾ ਹੈ। ਉਹ ਇੱਕ ਖਿਨ ਮਾਤਰ ਵੀ ਪ੍ਰਭੂ ਯਾਦ ਤੋਂ ਬਿਨਾਂ ਨਹੀਂ ਰਹਿ ਸਕਦਾ, ਪ੍ਰਭੂ ਬੰਦਗੀ ਵਿੱਚ ਜੁੜਿਆ ਰਹਿੰਦਾ ਹੈ ਔਰ ਉਸ ਗੁਰਮੁਖ ਦੇ ਜੀਵਨ ਅੰਦਰ, ਉਸ ਪ੍ਰਭੂ ਪਿਆਰ ਵਿੱਚ ਰਤੜੇ ਜੀਵਨ ਦੇ ਅੰਦਰ ਇਹ ਬਖਸ਼ਿਸ਼ ਵਰਤਦੀ ਹੈ। ਸੰਸਾਰਿਕ ਤੌਰ 'ਤੇ ਜਦੋਂ ਅਸੀਂ ਦੇਖਦੇ ਹਾਂ ਤਾਂ ਸਤਿਗੁਰੂ ਕਹਿੰਦੇ ਨੇ ਸਾਡੇ ਜੀਵਨ ਦੀ ਹਾਲਤ ਕੁਝ ਇਸ 'ਤੇ ਉਲਟ ਹੈ। ਗੁਰਮੁਖਾਂ ਦਾ ਜੀਵਨ ਹੈ ਪ੍ਰਭੂ ਪਿਆਰ ਵਿੱਚ ਪ੍ਰਭੂ ਦਾ ਜਸ ਸੁਣਨਾ, ਪ੍ਰਭੂ ਦੀ ਵਡਿਆਈ ਸੁਣਨੀ, ਪ੍ਰਭੂ ਦੀ ਬਖਸ਼ਿਸ਼ ਕੀਰਤਨ ਕਥਾ ਪਾਠ ਸੁਣਨਾ ਕਰਨਾ। ਹਜ਼ੂਰ ਕਹਿੰਦੇ ਨੇ ਸੰਸਾਰਿਕ ਤੌਰ 'ਤੇ ਅਸੀਂ ਕੀ ਕਰਦੇ ਹਾਂ, ਸਾਡੀ ਹਾਲਤ ਇਸ ਤਰ੍ਹਾਂ ਦੀ ਬਣੀ ਹੋਈ ਹੈ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ। ਸਾਡੇ ਜਿਹੜੇ ਨੈਣ ਨੇ, ਅੱਖਾਂ ਨੇ, ਇਹਨਾਂ ਵਿੱਚ ਨੀਂਦ ਆਈ ਹੈ ਪਰਾਈ ਦ੍ਰਿਸ਼ਟੀ ਦੀ। ਅਸੀਂ ਪਰਾਏ ਤਨ ਨੂੰ, ਪਰਾਏ ਧਨ ਨੂੰ ਤੱਕਦੇ ਹਾਂ। ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਸਾਡੇ ਕੰਨ ਪਰਾਈ ਨਿੰਦਿਆ ਸੁਣਦੇ ਨੇ, ਪਰਾਏ ਉਹ ਵਿਚਾਰ ਉਹ ਖਿਆਲ ਸੁਣਦੇ ਨੇ, ਜਿਹੜੇ ਵਿਚਾਰ ਅਤੇ ਖਿਆਲ ਗੁਰਮਤਿ ਤੋਂ ਵਿਪਰੀਤ ਨੇ, ਉਲਟ ਨੇ, ਉਹਨਾਂ ਨੂੰ ਮਨੁੱਖ ਸੁਣਦਾ ਹੈ। ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠਾ ਸਾਧ। ਮਨੁੱਖੀ ਰਸਨਾ ਜਿਹੜੀ ਹੈ ਸਾਡੀ, ਜਿਸ ਰਸਨਾ ਨੂੰ ਸਤਿਗੁਰਾਂ ਨੇ ਸੰਬੋਧਨ ਹੁੰਦਿਆਂ ਕਿਰਪਾ ਕੀਤੀ ਸੀ, ਇਹ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ। ਇਹ ਰਸਨਾ ਜਿਹੜੀ ਹੈ, ਮਿੱਠੇ ਮਿੱਠੇ ਸਵਾਦ ਰਸ ਜਿਹੜੇ ਹੈ ਉਹਨਾਂ ਵਿੱਚ ਖਚਿਤ ਹੋਈ ਹੈ। ਮਨ ਸੋਇਆ ਮਾਇਆ ਬਿਸਮਾਤ, ਹਜ਼ੂਰ ਕਹਿੰਦੇ ਮਨ ਜਿਹੜਾ ਹੈ ਮਾਇਆ ਪਦਾਰਥਾਂ ਵਿੱਚ ਸੁੱਤਾ ਹੋਇਆ ਹੈ। ਕੋਈ ਗੁਰਮੁਖ ਵਿਰਲਾ ਹੈ ਜੋ ਇਸ ਹਿਰਦੇ ਜੀਵਨ ਦੇ ਅੰਦਰ, ਇਸ ਘਰ ਦੇ ਅੰਦਰ ਜਾਗਦਾ ਹੈ, ਨਹੀਂ ਤਾਂ ਸਾਰੇ ਜੀਵਨ ਦੇ ਅੰਦਰ ਮਨੁੱਖ ਦੇ ਇਹ ਜਿਹੜੇ ਗਿਆਨ ਜਾਂ ਕਰਮ ਇੰਦਰੇ ਨੇ ਇਹ ਸੁੱਤੇ ਹੋਏ ਨੇ। ਹਜ਼ੂਰ ਇੱਥੇ ਕਿਰਪਾ ਕਰਦੇ, ਜਿਹੜਾ ਗੁਰਮੁਖ ਹੈ, ਜਿਹੜਾ ਪ੍ਰਭੂ ਪਿਆਰ ਵਿੱਚ ਰੰਗਿਆ ਹੋਇਆ ਹੈ, ਉਹਦੇ ਜੀਵਨ ਅੰਦਰ ਇਹ ਬਖਸ਼ਿਸ਼ ਬਣ ਜਾਂਦੀ ਹੈ। ਸ਼ਰਾਵਣੀ ਕੀਰਤਨ ਸਿਮਰ ਸੁਆਮੀ ਇਹੋ ਸਾਧ ਕੋ ਆਚਾਰ, ਉਹਦੇ ਜੀਵਨ ਦਾ ਇਹ ਆਸਰਾ ਬਣ ਜਾਂਦਾ ਹੈ। ਅੱਗੇ ਹਜ਼ੂਰ ਕਿਰਪਾ ਕਰਦੇ, ਪ੍ਰਭ ਦੀਨ ਦਿਆਲ ਸੁਨੋ ਬੇਨੰਤੀ ਕਿਰਪਾ ਆਪਣੀ ਧਾਰ। ਹੇ ਦੀਨਾਂ 'ਤੇ ਦਇਆ ਕਰਨ ਵਾਲੇ ਮਾਲਕ ਪ੍ਰਭੂ ਜੀ, ਇਹ ਬੇਨਤੀ ਜੋ ਆਪ ਜੀ ਦੇ ਦਰ 'ਤੇ ਅਰਸੋਈ ਹੈ, ਪ੍ਰਭ ਦੀਨ ਦਿਆਲ ਸੁਨੋ ਬੇਨੰਤੀ ਕਿਰਪਾ ਆਪਣੀ ਧਾਰ, ਕੀ ਬੇਨਤੀ ਹੈ, ਕੀ ਸਤਿਗੁਰੂ ਦੇ ਦਰ 'ਤੇ ਅਰਦਾਸ ਅਰਜੋਈ ਕਰਦੇ ਨੇ ਮਾਲਕ। ਸਤਿਗੁਰੂ ਸਾਨੂੰ ਹੁਕਮ ਦ੍ਰਿੜ ਕਰਵਾਉਂਦੇ ਨੇ, ਨਾਮ ਨਿਧਾਨ ਉਚਰੋਂ ਨਿਤ ਰਸਨਾ,
ਨਾਨਕ ਸਦ ਬਲਿਹਾਰ। ਸਭ ਕਹਿੰਦੇ ਉਹ ਨਾਮ ਦਾ ਜਿਹੜਾ ਖਜ਼ਾਨਾ ਹੈ, ਉਸ ਨਾਮ ਦੇ ਖਜ਼ਾਨੇ ਨੂੰ ਮੈਂ ਨਿੱਤਾ ਪ੍ਰਤੀ ਆਪਣੀ ਰਸਨਾ ਦੇ ਦੁਆਰਾ ਉਚਾਰਨ ਕਰਾਂ, ਭਾਵ ਕਿ ਪ੍ਰਭੂ ਦਾ ਨਾਮ ਜਪਾਂ। ਸਾਹਿਬ ਕਹਿੰਦੇ ਨੇ ਮਾਲਕ ਦਾ ਨਾਮ ਜਪਣਾ ਜੀਵ ਦੇ ਦੁਆਰਾ ਪ੍ਰਭੂ ਦੀ ਉਸਤਤ ਕਰਨੀ, ਵਡਿਆਈ ਕਰਨੀ। ਸਾਹਿਬ ਕਹਿੰਦੇ ਜੇ ਮਾਲਕ ਜੀ ਕਿਰਪਾ ਕਰ ਦੇਵੋ, ਇਸ ਤਰ੍ਹਾਂ ਦੀ ਬਖਸ਼ਿਸ਼ ਪ੍ਰਾਪਤ ਹੋ ਜਾਵੇ ਤਾਂ ਦਾਸ ਨਾਨਕ ਸਦਾ ਹੀ ਬਲਿਹਾਰ ਕੁਰਬਾਨ ਤੇ ਸਦਕੇ ਜਾਂਦਾ ਹੈ। ਸਤਿਗੁਰਾਂ ਨੇ ਸੰਗਤ ਜੀ ਅੰਮ੍ਰਿਤ ਬਾਣੀ ਅੰਦਰ ਇਹ ਕਿਰਪਾ ਕੀਤੀ ਹੈ। ਨਾਮ ਜਪਣ ਦਾ ਸਾਧਨ, ਨਾਮ ਜਪਣ ਦੇ ਤਰੀਕੇ ਮਨੁੱਖ ਨੇ ਬਹੁਤ ਯਤਨ ਕੀਤੇ। ਅਸੀਂ ਦੇਖਦੇ ਹਾਂ ਕਿ ਆਪਾਂ ਜਦੋਂ ਪ੍ਰਭੂ ਦੇ ਨਾਮ ਜਪਣ ਦੀ ਗੱਲ ਆਉਂਦੀ ਹੈ, ਉਦੋਂ ਫਿਰ ਇਸ ਤਰ੍ਹਾਂ ਦੇ ਤਰੀਕੇ, ਢੰਗ, ਮਰਿਆਦਾ ਪੁੱਛਦੇ ਹਾਂ। ਕਈ ਵਾਰ ਮਨੁੱਖ ਇਸ ਤਰ੍ਹਾਂ ਦੇ ਜਾਲ ਵਿੱਚ ਫਸਦਾ ਹੈ, ਦੇਹ ਧਾਰੀ ਆਪਣੇ ਢੰਗ ਦੇ ਨਾਲ, ਆਪਣੇ ਤਰੀਕੇ ਦੇ ਨਾਲ ਪ੍ਰਭੂ ਨਾਲ ਜੋੜਨ ਦੇ ਤਰੀਕੇ ਦੱਸਦੇ ਨੇ, ਪਰ ਅਸਲ ਵਿੱਚ ਪੂਜਾ ਆਪਣੀ ਕਰਵਾਉਂਦੇ ਨੇ। ਸਤਿਗੁਰਾਂ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਸਾਨੂੰ ਇੱਕ ਸਿਧਾਂਤ, ਇੱਕ ਮਰਿਆਦਾ ਦੱਸ ਦਿੱਤੀ, ਜਿਸ ਮਰਿਆਦਾ ਵਿੱਚ ਰਹਿ ਕੇ ਜਿਸ ਤਰੀਕੇ ਨਾਲ ਅਸੀਂ ਪ੍ਰਭੂ ਦਾ ਨਾਮ ਜਪ ਸਕਦੇ ਹਾਂ, ਪ੍ਰਭੂ ਯਾਦ ਵਿੱਚ ਜੁੜ ਸਕਦੇ ਹਾਂ। ਹਜ਼ੂਰ ਕਹਿੰਦੇ ਨੇ ਸ਼੍ਰਵਣੀ ਸੁਣੀਐ, ਰਸਨਾ ਗਾਈਐ, ਹਿਰਦੈ ਧਿਆਈਐ ਸੋਈ। ਪ੍ਰਭੂ ਦਾ ਨਾਮ ਅਸੀਂ ਸਤਿਗੁਰੂ ਦੀ ਪਾਵਨ ਯਾਦ ਵਿੱਚ ਅੰਮ੍ਰਿਤ ਵੇਲੇ ਉੱਠੀਏ, ਉੱਠ ਕੇ ਸੌਚ ਇਸ਼ਨਾਨ ਕਰਕੇ ਪ੍ਰਭੂ ਯਾਦ ਵਿੱਚ ਜੁੜ ਜਾਈਏ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੀਏ। ਔਰ ਸਾਹਿਬ ਕਹਿੰਦੇ ਜਿਹੜੀ ਇਕਾਗਰਤਾ ਹੈ, ਉਸ ਜਾਪ ਨੂੰ ਰਸਨਾ ਦੇ ਦੁਆਰਾ ਉਚਾਰਨ ਕਰੀਏ, ਕੰਨਾਂ ਦੁਆਰਾ ਸੁਣੀਏ, ਔਰ ਨੇਤਰ ਪ੍ਰਭੂ ਦੇ ਧਿਆਨ ਮਾਲਕ ਦੀ ਯਾਦ ਵਿੱਚ ਆਪਣੇ ਆਪ ਨੂੰ ਜੋੜ ਲਈਏ। ਸ਼੍ਰਵਣੀ ਸੁਣੀਐ, ਰਸਨਾ ਗਾਈਐ, ਹਿਰਦੈ ਧਿਆਈਐ ਸੋਈ। ਹਿਰਦੇ ਵਿੱਚ ਪ੍ਰਭੂ ਯਾਦ ਬਣ ਜਾਵੇ ਤਾਂ ਹਜ਼ੂਰ ਕਹਿੰਦੇ ਨੇ ਮਾਲਕ ਦੀ ਕਿਰਪਾ ਬਣ ਜਾਂਦੀ। ਇਸੇ ਲਈ ਸਤਿਗੁਰਾਂ ਨੇ ਵਾਰ ਵਾਰ ਸਾਨੂੰ ਹੁਕਮ ਦ੍ਰਿੜ ਕਰਵਾਇਆ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਭੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ। ਇਸ ਤਰ੍ਹਾਂ ਪ੍ਰਭੂ ਯਾਦ ਵਿੱਚ ਜੁੜਨਾ ਹੈ, ਪ੍ਰਭੂ ਹੁਕਮ ਵਿੱਚ ਰਹਿਣਾ ਹੈ। ਸੰਗਤ ਜੀ, ਸਤਿਗੁਰੂ ਇੱਥੇ ਕਿਰਪਾ ਕਰਦੇ ਨੇ ਕਿ ਮੇਰੀ ਰਸਨਾ ਜਿਹੜੀ ਹੈ, ਨਿਤਾ ਪ੍ਰਤੀ ਪ੍ਰਭੂ ਦਾ ਨਾਮ, ਪ੍ਰਭੂ ਦੀ ਯਾਦ ਵਿੱਚ ਜੁੜ ਜਾਵੇ। ਇਸ ਰਸਨਾ ਦੇ ਦੁਆਰਾ ਸੰਗਤ ਜੀ, ਇਹ ਰਸਨਾ ਇੱਕ ਇਸ ਤਰ੍ਹਾਂ ਦਾ ਇੰਦਰਾ ਹੈ ਜਿਸ ਨੂੰ ਗਿਆਨ ਅਤੇ ਕਰਮ ਇੰਦਰਾ ਦੋਨੇ ਪ੍ਰਵਾਨ ਕੀਤਾ ਹੈ ਗੁਰਬਾਣੀ ਦੇ ਸਾਹਿਤਕਾਰਾਂ ਨੇ। ਇਹ ਸਾਨੂੰ ਗਿਆਨ ਦਿੰਦੀ ਹੈ ਕੌੜੇ ਮਿੱਠੇ ਦਾ, ਔਰ ਇਹ ਰਸਨਾ ਬੋਲਦੀ ਹੈ, ਇਹ ਕਰਮ ਇੰਦਰਾ ਵੀ ਹੈ। ਇਸ ਕਰਕੇ ਇਸ ਰਸਨਾ ਦੇ ਦੁਆਰਾ ਪ੍ਰਭੂ ਯਾਦ ਵਿੱਚ ਜੁੜਾਂਗੇ, ਮੁੱਖ ਤੋਂ ਚੰਗੇ ਮਿੱਠੇ ਬੋਲ ਬੋਲਾਂਗੇ ਤਾਂ ਪ੍ਰਭੂ ਦਰ 'ਤੇ ਸਾਡਾ ਜੀਵਨ ਜਿਹੜਾ ਸਫਲ ਹੋ ਸਕਦਾ ਹੈ, ਕਿਉਂਕਿ ਮਾਲਕ ਦੇ ਦਰ 'ਤੇ ਮਿੱਠੇ ਬੋਲ ਪ੍ਰਵਾਨ ਨੇ। ਉਹ ਪਰਮੇਸ਼ਰ ਵਾਹਿਗੁਰੂ ਆਪ ਮਿੱਠ ਬੋਲੜਾ ਹੈ, ਔਰ ਕੌੜੇ ਬੋਲ ਮਾਲਕ ਨੂੰ ਚੰਗੇ ਨਹੀਂ ਲੱਗਦੇ। ਇਸ ਕਰਕੇ ਯਤਨ ਕਰਿਆ ਕਰੀਏ ਇਸ ਰਸਨਾ ਦੇ ਦੁਆਰਾ, ਕਿਉਂਕਿ ਜਿਹੋ ਜਿਹਾ ਅਸੀਂ ਬੋਲਾਂਗੇ, ਉਹੋ ਜਿਹਾ ਰਸਨਾ ਦਾ ਜਿਹੜਾ ਰਸ ਹੈ, ਉਸ ਦਾ ਸਾਨੂੰ ਫਲ ਮਿਲਣਾ ਹੈ। ਸਾਖੀਕਾਰਾਂ ਨੇ ਸਾਖੀਆਂ ਲਿਖੀਆਂ ਨੇ, ਦਸਮ ਪਾਤਸ਼ਾਹ ਦੇ ਇਤਿਹਾਸ ਦੀ ਸਾਖੀ ਆਪਾਂ ਕਈ ਵਾਰ ਵਿਚਾਰ ਚੁੱਕੇ ਹਾਂ ਕਿ ਕਿਵੇਂ ਸਤਿਗੁਰਾਂ ਦੇ ਪਾਵਨ ਹਜ਼ੂਰੀ ਅੰਦਰ ਸੇਵਕ ਸਿੱਖ ਸੇਵਾ ਕਰਨ ਵਾਲੇ ਕੁਝ ਰਸਨਾ ਤੋਂ ਫਿੱਕੇ ਬੋਲ ਨਿਕਲੇ, ਔਰ ਕਿਵੇਂ ਇੱਕ ਤੋਂ ਬਾਅਦ ਇੱਕ ਜਨਮ ਮਿਲਿਆ। ਔਰ ਇਸੇ ਤਰ੍ਹਾਂ ਆਮ ਇੱਕ ਸਾਖੀ ਲਿਖੀ ਹੈ ਸਾਖੀਕਾਰਾਂ ਨੇ, ਇੱਕ ਰਾਹੀ ਇੱਕ ਯਾਤਰੂ ਆਪਣੇ ਯਾਤਰਾ ਪੈਂਡੇ 'ਤੇ ਚੱਲਦਾ ਜਾ ਰਿਹਾ ਹੈ। ਰਸਤੇ ਵਿੱਚ ਚੱਲਦਿਆਂ ਚੱਲਦਿਆਂ ਸਮਾਂ ਬਣਿਆ, ਭੁੱਖ ਲੱਗੀ, ਇੱਕ ਘਰ ਦੇ ਵਿੱਚ ਰੁਕਿਆ, ਮਾਤਾ ਨੂੰ ਜਾ ਕੇ ਕਹਿਣ ਲੱਗੇ, ਮਾਤਾ ਜੀ ਮੈਨੂੰ ਆ ਥੋੜ੍ਹੇ ਜਿਹੇ ਮੇਰੇ ਪੱਲੇ ਵਿੱਚ ਚੌਲ ਨੇ,
जे तैयार कर दिओ मैं खा के मेरा सफर जड़ा सुखाला हो जाएगा। मनुख दी रसना, मनुख दी जीव जड़ी जबान है, इस दा रस है। जे नाम दा रस इस ते ले आवांगे तो नाम दे रस नाल मिठे बोलां नाल उस मिठ बोलले प्रभु दी प्राप्ति हो जाएगी। जे मनुख कौड़ा बोलेगा, फिक्का बोलेगा तो हजूर कहिंदे नानक फिक्का बोलिया तन मन फिक्का होए। ये मालक दी बख्शिश प्राप्त जे करनी है। वो लिखते ने माता जी ने बड़े प्यार नाल बिठाया और चौल पानी पा के रिझने धर दिते। अजे अद्धे क रिझे सन पर मनुखी सुभा है, मनुख दे जबान दे बोल कई बार इस तरह के निकलते ने। और ये रसना आखदी है कि मैनू मूँह चो कढ़ मैं तेनू नगर विचों कढ़न लई तैयार हाँ। जिहो जिहा मनुख बोलेगा उस तरह का मनुख नू वतीरा जड़ा अगों मिलेगा। दसदे ने उस मनुख ने बैठे बैठे ने देखिया कि छोटा जिहा दरवाजा है, घर है, घर बारे मैंबरां बारे पुछिया। माता ने डिटेल नाल दस्या मेरे दो पुत्र ने, मेरा पति है, बाहर कम ते गए ने। सामने बजी हुई मझ देख के बोल पिया रहा न गया, किंदा मझ बड़ी वड्डी है पर माता जी तुहाडा दरवाजा घर दा बड़ा छोटा है, जे कि मर जावे ते किवें चुके खड़ोगी। वो माता ने जदों उस मनुख दी रसना तो जबान तो सड़े हुए बोल सुने और अद्धे कच्चे अद्धे पक्के चौल उहदी झोली विच पा के उसनू घर तो बाहर कढ दिता। जांदिआं जांदिआं कुछ सियाणिआं ने सूझवान लोकां ने पुछ लिया ये की चुंदा जांदा है तेरी झोली विचों। कहण लगा मेरी जबान दा रस है, मेरी रसना दा रस है संगत जी, इस करके इस रसना दे द्वारा, इस जीभा दे द्वारा सतगुरु महाराज ने अज दा उपदेश सानू दिता। साहब कहिंदे रसना द्वारा प्रभु दा नाम जपिया जावे, मिठे बोल बोले जान तां जीवन दी सफलता बन सकती है। इसलिए सतगुरु कहिंदे अरदास करिए प्रभु दे दर ते, प्रभ दीन दयाल सुनो बेनंती, कृपा अपनी धार। अपनी मालक जी कृपा करो, बख्शिश करो, तुसी दीना ते दया करन वाले हो। मेरी बेनती है नाम निदान उचरो नित रसना, नानक सद बलिहार नित इस रसना दे द्वारा। नाम दा जिहड़ा खजाना है तुहाडा उस नूं उचारण करा, रसना ते नाम दी रौ चल पवे तां मैं सदा तुहाडे तों बलिहार ते सदके जावांगा। सतगुरु कृपा करन जी बख्शिश करन, गुरु दर ते अरदास करिए विसर नाहीं दातार। अपना नाम देहो गुण गावां दिन रात, नानक चाओ एहो भुला चुका दी खिमा जी। आओ प्यार सहित फतेह बुलाइए। वाहेगुरु जी का खालसा, वाहेगुरु जी की फतेह। वाहे गुरु वाहे गुरु, एक ओंकार सतनाम कर निरपौ निर्वैर अकाल मूरत अजूनी सैभं गुरुप्रसाद जप आद सच
जुगाद सच है पी सच नानक होसी पीस आदि गुर ए नमहे जुगाद गुर ए नमहे सतगुर ए नमहे श्री गुरुदेव ए नमहे तू मेरो मेर पर्वत स्वामी ओट गही मैं तेरी ना तुम डोलो ना हम गिरते रख ली हर में आनंद गुण निधा गुरु गरीब निवा सुर है की जैसी तेरी चाल सुर है की जैसी तेरी चाल सुर है की जैसी तेरी चा सुर है की जैसी तेरी चा तेरी पुंचट ऊपर चमक बा तेरी पुंचट ऊपर चमकबा सुर है की जैसी तेरी चाल सुर है की जैसी तेरी चाल इस कर में है सो तू टूंढ खा इस कर में है सो तू टूंढ खाए और किस ही के तू मत ही जाए और किस ही के तू मत ही जाए सुर है की जैसी तेरी चाल सुर है की जैसी तेरी चाल तेरी पुंछट ऊपर चमकबा तेरी पुंछट ऊपर चमकबा सुर है की जैसी तेरी चाल सुर है की जैसी तेरी चाल चा की चाट चून खावे चाट की चाट चून खाए चाकी का चीतरा कहाँ ले जाए चाकी का चीतरा कहाँ ले जाए सुर है की जैसी तेरी चाल सुर है की जैसी तेरी चाल तेरी पुंछट ऊपर चमकबा तेरी पुंछट ऊपर चमकबा सुर है की जैसी तेरी चाल सुर है की जैसी तेरी चाल।
के पर तेरी बहुत पीठ। छी के पर तेरी बहुत पीठ, मत लकड़ी सोटा तेरी पर पीठ, मत लकड़ी सोटा तेरी पर पीठ। कहे कभी ओग पल्ले कीन, कहे कबीर ओग पल्ले कीन, मत को मारे ईंट टेम, मत को मारे ईंट टेम। सुरह की जैसी तेरी चाल, सुरह की जैसी तेरी चाल, तेरी पुंचट ऊपर चमक बा, तेरी पुंचट ऊपर चमक बा, सुरह की जैसी तेरी चाल, सुरह की जैसी तेरी चाल, सुरह की जैसी तेरी चाल, तेरी पुंचट ऊपर चमक बा, तेरी पुंचट ऊपर चमक बा, सुरह की जैसी तेरी चाल, सुरह की जैसी तेरी चाल, सुरह की जैसी तेरी, सुरह की जैसी तेरी, सुरह की जैसी तेरी चाल। साजन देश विदेशी अड़े साले हिड़े देंदी, 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 सार संभाले तिन सजना मुंद ने माले तिन सजना मुंद नैन परेंदी, मुंद नैन परेंदी, मुंद नैन परेंदी, मुंद नैन परेंदी, मुंद नैन देश विदेशी अड़े साले हिड़े देंदी, साजन देश विदेशी अड़े साले हिड़े देंदी।
गुण सारे दी क्यों प्रभ मिला प्यारे। मुंद नैन परे दी गुण सारे दी क्यों प्रभ मिला प्यारे। मार्ग पंथ न जानो बिखड़ा क्यों पाइए पीर पारे। मार्ग पंथ न जानो बिखड़ा क्यों पाइए पीर पारे क्यों पाइए पीर पारे क्यों पाइए पीर पारे। साधन देश विदेशी अड़े साने सारस मलिन सजना मुंद नैन परे दी। सारस मलिन सजना मुंद नैन परे दी मुंद नैन परे दी मुंद नैन परे। साधन देश विदेशी अड़े साने अड़े देंदी साधन देश विदेशी अड़े साने अड़े देंदी। सतगुर सब दी मिले बिछुन्नी तन मन आके राखे। सतगुर सब दी मिले बिछुन्नी तन मन आके राखे। नानक अमृत बिरख महारस फलिया मिल प्रीतम रस चाखे। नानक अमृत बिरख महारस फलिया मिल प्रीतम रस चाखे मिल प्रीतम रस चाखे मिल प्रीतम रस चाखे मिल प्रीतम रस चाखे मिल प्रीतम रस चाखे। साजन देश विदेशी अड़े साने अड़े देंदी साजन देश विदेशी अड़े साने सारस मल तिन सजना मुंद नैन परे दी मुंद नैन परे दी मुंद नैन परे दी। साधन देश विदेशी अड़े साने अड़े देंदी साधन देश विदेशी अड़े साने अड़े देंदी।
हर हर नाम समा मेरे साधन मेरे साधन मेरे साधन हर हर नाम समा हर हर नाम समा मेरे साजन मेरे साजन मेरे साजन संगत मन बसे साधु संगत मन बसे पूर्ण होवे ता पूर्ण होवे ता पूर्ण होवे ता साजन मेरे साजन हर हर नाम समा हर हर नाम समा मेरे साजन मेरे साजन मेरे साजन सबसे दे आधा सतगुर बचन कमावने सच्चा दे हो विचार सच्चा दे हो विचार बिन साधु संगत रातिया माया मोह सब माया मोह सब छा माया मोह सब छ
साधन मेरे साधन मेरे साधन मेरे साधन हर हर नाम समा हर हर नाम समा साधु संगत मन बसे पूरन होवे का पूरन होवे का मेरे साजन मेरे साजन मेरे साजन अपार गुरु वड पागी दर्शन होए वड पागी दर्शन होए गुरु अगोचर निर्मला गुरु जे वड अवर न कोए गुरु जे वड अवर न कोए सच्ची सोए गुरमुख सच्ची सोए गुर ते बाहर किछ नहीं गुर कीता लोड़े सो होए गुर कीता लोड़े सो हो लोड़े सो हो गुर की तालोड़े सो हो मेरे साजन मेरे साजन मेरे साजन हर हर नाम समा हर हर नाम समा मेरे साजन मेरे साजन साधु संगत मन बसे साधु संगत मन बसे पूरन होवे का पूरन होवे का मनसा पूरन हार गुर मनसा पूरन हार गुर दाता हर नाम दे उतरे सब संसार उतरे सब संसार गुर समृत गुर निरंका गुर ऊंचा अगम अपा गुर ऊंचा अगम अपा
क्या कथै कथन हा, क्या कथै कथन हा, क्या कथै कथन हा, क्या कथै कथन हा। हर हर नाम समा, मेरे साजन मेरे साजन मेरे साजन, सतगुर पास जितने फल मन बाचिए, तितने सतगुर पास, पूरब लिखे पावने सच नाम तेरा, साच नाम तेरास, सतगुर सरणी आया बाड़ो नहीं बिनास, बाड़ नहीं बिनास, हर नानक कदे नविसरो यह जियो पिंड तेरा सास, 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 मेरे साजन मेरे साजन मेरे साजन मेरे साजन, हर हर नाम समा, हर हर नाम समा, मेरे साजन मेरे साजन मेरे साजन मेरे साजन, साधु संगत मन बसे, साधु संगत मन बसे, पूरन हो गए का, पूरन हो गए का, मेरे साजन मेरे साजन मेरे साजन, हर हर नाम समा, हर 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 नाम समा, मेरे साजन 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 मेरे साजन।